18 ਮਾਰਚ ਤੋਂ ਬਾਅਦ ਕੱਲ ਅਮਰਿਤਪਾਲ ਸਿੰਘ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਕਈ ਲੋਕਾਂ ਨੇ ਕਮੈਂਟਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਮਨਾਈ ਕਿ ਉਹ ਸਹੀ ਸਲਾਮਤ ਆ ਪਰ ਉਹਨਾਂ ਦੀ ਵੀਡੀਓ ਤੇ ਕਈ ਲੋਕ ਸਵਾਲ ਵੀ ਚੱਕ ਰਹੇ ਐ ਉਸ ਦੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦੀ ਬਾਡੀ ਲੈਂਗੁਏਜ ਨਜ਼ਰ ਆ ਰਹੀ ਆ ਆਸੇ ਪਾਸੇ ਝਾਕ ਰਹੇ ਐ ਜਿਵੇਂ ਕਿਸੇ ਦੇ ਤੇ ਬੋਲ ਰੇ ਅਮਰਤਪਾਲ ਸਿੰਘ ਤੇ ਨਾਲ ਦੀ ਨਾਲ ਜਿਹੜਾ ਅਮਰਤਪਾਲ ਸਿੰਘ ਦੇ ਮਾਪਿਆਂ ਵੱਲੋਂ ਜਿਹੜਾ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਆਖਿਆ ਗਿਆ ਸੀ ਕਿ ਅਮਰਤਪਾਲ ਸਿੰਘ ਪੁਲਸ ਕਸਟਡੀ ਦੇ ਵਿੱਚ ਹੈ ਉਸ ਨੂੰ ਪੁਲਸ ਨੇ ਚੁੱਕਿਆ ਹੋਇਆ ਪਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਉਹਨਾਂ ਦੀਆਂ ਫੋਟੋਆਂ ਜਾਰੀ ਕਰ ਰਹੀਆਂ ਨੇ ਲੋਕ ਆਖ ਰਹੇ ਆ ਕਿ ਉਸ ਨੂੰ ਛਪਾਉਣ ਲਈ ਸਾਰੇ ਕਸ ਨੂੰ ਤੇ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਪੁਲਿਸ ਨੇ ਕੋਲੇ ਖੜ ਕੇ ਜਿਹੜੀ ਅਮਰਤਪਾਲ ਸਿੰਘ ਦੀ ਵੀਡੀਓ ਆ ਇਹ ਬਣਵਾਈ ਆ ਤੇ ਉਸ ਦੇ ਸਕਰੀਨਸ਼ਾਟ ਜਿਹੜੇ ਅਸੀਂ ਤੁਹਾਨੂੰ ਵਿਖਾ ਰਹੇ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੀ ਬਾਡੀ ਲੈਂਗੁਏਜ ਪਹਿਲਾਂ ਨਾਲੋਂ ਬਿਲਕੁਲ ਵੱਖ ਨਜ਼ਰ ਆ ਰਹੀ ਹੈ ਉਹ ਆਸੇ-ਪਾਸੇ ਚਾਕ ਰਹੇ ਆ ਤੇ ਕਿਸੇ ਅਣਜਾਣ ਜਗ੍ਹਾ ਦੇ ਉੱਤੇ ਖੜ ਕੇ ਜਿਹੜੀ ਇਹ ਵੀਡੀਓ ਅਮਰਤਪਾਲ ਸਿੰਘ ਦੀ ਇਹ ਬਣਾਈ ਗਈ ਕਾਲ ਤੱਕ ਸਾਬ ਦੇ ਜਥੇਦਾਰ ਦੇ ਬਿਆਨ ਤੋਂ ਬਾਅਦ ਉਹਨਾਂ ਦੇ ਉੱਤੇ ਹੀ ਅਮਰਤਪਾਲ ਸਿੰਘ ਵੱਲੋਂ ਵੀ ਬਿਆਨ ਜਿਹੜਾ ਦਾਗਿਆ ਗਿਆ ਕਿ ਸਰਬੱਤ ਖਾਲਸੇ ਨੂੰ ਬਣਾਉਣਾ ਚਾਹੀਦਾ ਹੈ ਤੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਗੱਲ ਅਕਾਲ ਤੱਕ ਸਾਭਦੇ ਜਥੇਦਾਰ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਮਰਤਪਾਲ ਸਿੰਘ ਨੂੰ ਅਮਰਤਪਾਲ ਸਿੰਘ ਨੂੰ ਗ੍ਰਿਫਤਾਰੀ ਦੇਣੀ ਚਾਹੀਦੀ ਹੈ ਇਹਨਾਂ ਦੋਹਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਖਿੱਚੋ ਤਾਣ ਪੈਦਾ ਕਰਨ ਦੇ ਲਈ ਜਿਹੜਾ ਕਈ ਲੋਕਾਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਣਾਈ ਗਈ ਹੈ ਬਾਡੀ ਲੈਂਗੁਏਜ ਨੂੰ ਇਹ ਵੀ ਕਈ ਲੋਕ ਅੰਦਾਜ਼ੇ ਲਗਾ ਰਹੇ ਹੈ ਕਿ ਉਸਦੇ ਕੋਲੇ ਖੜਕੇ ਤੇ ਕੁਝ ਗੱਲਾਂ ਕਹਿ ਕੇ ਇਹ ਅਮਰਤਪਾਲ ਸਿੰਘ ਤੋਂ ਜਿਹੜੀ ਵੀਡੀਓ ਆਏ ਪੋਸਟ ਕਰਵਾਈ ਗਈ ਹੈ ਕਿਉਂਕਿ ਅੱਜ ਕੱਲ ਦੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇਕਰ ਇਹ ਕਿਤੋਂ ਪੋਸਟ ਹੁੰਦੀ ਇਹ ਵੀਡੀਓ ਉੱਤੇ ਉਸਦੀ ਲੋਕੇਸ਼ਨ ਨੂੰ ਟ੍ਰੇਸ ਕਰਕੇ ਉੱਥੋਂ ਗ੍ਰਿਫਤਾਰੀ ਵੀ ਕੀਤੀ ਜਾ ਸਕਦੀ ਸੀ ਅਮਰਤਪਾਲ ਸਿੰਘ ਦੇ